ਫੀਅਰ ਲੈਣੀ ਹੈ ਕੈਨੇਡਾ ਦੀ? ਮੈਨੂੰ ਡਰ ਹੀ ਲੱਗਦਾ। ਕਾਹਤੋਂ? ਮੈਂ ਮਹੀਨੇ ਦਾ ਸੋਚ ਕੇ ਆਉਣਾ ਹੁੰਦਾ, ਮੈਂ ਤਾਂ 5-7 ਦਿਨਾਂ ਬਾਅਦ ਭੱਜ ਜਾਂਦਾ। ਨੌਕਰੀ ਦਿੱਤੀ ਕਿਸੇ ਪਰਿਵਾਰ 'ਚ, ਕਿਸੇ ਨੂੰ, ਯਾਰਾਂ ਦੋਸਤਾਂ ਨੂੰ? ਇਹਨਾਂ ਨੇ ਆਪਦਾ 6 ਜਣਿਆਂ ਦਾ ਸਟਾਫ ਬਣਾ ਲਿਆ। ਮੈਨੂੰ ਪੈਸਾ ਚਾਹੀਦਾ ਸੀ ਉਸ ਵੇਲੇ ਜਾਂ ਉਦਾਂ ਹੀ ਬਸ? ਨਹੀਂ ਨਹੀਂ, ਉਹ ਤਾਂ ਕਰਕੇ ਆ, ਹੁਣ ਤੁਸੀਂ ਇਹ ਦੇਖ ਲਓ, ਆ ਕੇ ਵੀ ਗਈਆਂ, ਕਿਸੇ ਨੂੰ ਪਤਾ ਨਹੀਂ ਲੱਗਿਆ। ਮੈਂ ਕੀਤੀਆਂ ਕਿਉਂਕਿ ਪੈਸੇ ਚਾਹੀਦੇ ਸੀ। ਨਹੀਂ ਮੈਂ ਦੱਸਦਾ, ਪੈਸੇ ਨਹੀਂ ਚਾਹੀਦੇ ਸੀ। ਤੁਸੀਂ ਜਦੋਂ ਜੁੜਦੇ ਆ, ਤੁਹਾਨੂੰ ਬੰਦੇ ਲੱਗਦੇ ਆ ਵੀ ਵੈਰੀ ਗੁੱਡ, ਬਹੁਤ ਘੈਂਟਾ, ਬਹੁਤ ਘੈਂਟਾ, ਬਹੁਤ ਘੈਂਟਾ। ਫਿਰ ਜਦੋਂ ਤੁਸੀਂ ਸੈੱਟ 'ਤੇ ਜਾਂਦੇ ਆ, ਸਾਰਾ ਕੁਛ ਵੀ ਉਹ ਯਾਰ ਗੱਲਾਂ ਹੀ ਸੀ ਵੀ ਇੱਥੇ ਤਾਂ ਕੁਛ ਹੋਇਆ ਨਹੀਂ। ਫਿਰ ਤੁਸੀਂ ਆਪਦੇ ਆਪ ਦੇ ਵਿੱਚ ਝੁਰਨਾ ਸ਼ੁਰੂ ਹੋ ਜਾਂਦੇ, ਔਰ ਮੈਂ ਕਦੇ ਜ਼ਿੰਦਗੀ 'ਚ ਇਹ ਬਣਾਇਆ ਨਹੀਂ। ਮੈਂ ਆਪ 30 ਸੈਕਿੰਡ ਹੀ ਦਿੰਦਾ ਆਪਦੇ ਆਪ ਨੂੰ ਵੀ ਸਮਝ ਜਾ। ਜਦੋਂ ਹੀ ਮੈਂ ਭਟਕਿਆ, ਮੈਂ ਉਹ ਸੈੱਟ 'ਤੇ ਗਿਆ, ਮੈਨੂੰ ਲੱਗ ਵੀ ਬਹੁਤ ਹੋਰ ਹੀ ਹੋ ਗਿਆ ਮੈਂ। ਜਦੋਂ ਤੀਕਰ ਮੈਨੂੰ ਇਹ ਗੱਲ ਸਮਝ ਆਈ ਵੀ ਮੈਂ ਆਏ ਕਿਉਂ ਹੋ ਗਿਆ ਯਾਰ, ਮੈਂ ਤਾਂ ਇਹੋ ਜਿਹਾ ਹੈ ਨਹੀਂ ਵੀ ਮੈਨੂੰ ਤਾਂ ਉਹ ਜਾਕ ਨਹੀਂ ਆਉਂਦੀ ਪਈ, ਦਿਮਾਗ ਵੀ ਕੀ ਹੋਇਆ ਕੀ ਆ। ਮੈਨੂੰ ਗੱਲ ਪਤਾ ਲੱਗੀ, ਮੈਂ 30 ਸੈਕਿੰਡ ਸਮਝਾ ਲਿਆ ਵੀ ਪ੍ਰਿੰਸ ਕਮਲ ਜੀ ਤੂੰ ਪੈਸਿਆਂ ਪਿੱਛੇ ਫਿਲਮ ਕਰ ਰਿਹਾ, ਗੱਲ ਖਤਮ। ਦੈਟਸ ਇਟ। ਇਸ ਕਰਕੇ ਉਸ ਚੀਜ਼ ਨੂੰ ਕਰ ਲਈ ਇੱਕ ਉਹਨੂੰ ਬਣਾ ਲਿਆ ਵੀ ਜਦੋਂ ਕੁਛ ਜੋ ਤੁਸੀਂ ਚਾਹੁੰਦੇ ਸੀ ਨਹੀਂ ਉਹ ਹੋ ਰਿਹਾ, ਉਹ 'ਤੇ ਝੁਰਨ ਉਹ ਕਰਨ ਲੜਨ ਪੈਣ ਬੋਲਣ ਦੀ ਬਜਾਏ ਤੁਸੀਂ ਆਪਦੇ ਆਪ ਨੂੰ ਸਮਝਾ ਦਿਓ ਵੀ ਕਾਕਾ ਇਹ ਆਈ ਨਹੀਂ, ਤੂੰ ਪੈਸਿਆਂ ਕਰਕੇ ਕਰ ਲਈ ਬਸ। ਕਿੰਨੀਆਂ ਕੁ ਫਿਲਮਾਂ 'ਚ ਸਮਝਾਉਂਦੇ ਹੋ ਆਪਣੇ ਆਪ? ਨਹੀਂ, ਇਹਦੇ 'ਚ ਮੈਨੂੰ ਪਤਾ ਲੱਗ ਗਿਆ, ਉਹ ਇੱਕ ਤੋਂ ਹੀ ਮੈਨੂੰ ਪਤਾ ਲੱਗ ਗਿਆ ਵੀ ਲੈ ਵੀ ਮਿੱਤਰਾ ਵੀ ਜੇ ਆਪਦੇ ਆਪ ਨੂੰ ਸਮਝਾਉਣ ਲੱਗ ਗਿਆ ਫਿਰ ਤਾਂ ਇਹ ਸਮਝੌਤਾ ਹੀ ਹੋ ਜਾਣਾ, ਅਤੇ ਆਪਾਂ ਸਮਝੌਤੇ ਵਾਲੇ ਚੱਕਰ 'ਚ ਪੈਣਾ ਨਹੀਂ। ਹੁਣ ਬਸ ਉਵੇਂ ਹੈ ਵੀ ਜੋ ਜਿਹੜਾ ਚੰਗਾ ਲੱਗਦਾ ਕੰਮ ਉਹੀ, ਪਰ ਹੁਣ ਕੁਛ ਨਹੀਂ ਕਰ ਰਿਹਾ। ਰੋਜ਼ ਮੈਨੂੰ ਫੋਨ ਆਉਂਦਾ ਫਿਲਮ ਕਰਨੀ ਹੈ ਇੱਧਰੋਂ ਇੱਧਰੋਂ, ਕੁਛ ਨਹੀਂ। ਇੱਥੇ ਆ ਗਿਆ, ਮੈਂ ਪੈਰੀ ਨੂੰ ਮੈਂ ਫੋਨ ਕੀਤਾ, ਕਹਿੰਦੇ ਆ ਜਾ, ਮੈਂ ਕਿਹਾ ਵੀ ਮੈਂ ਛੁੱਟੀਆਂ ਮਨਾਉਣੀਆਂ, ਬਸ ਉਵੇਂ ਮਾਹੌਲ। ਤੁਹਾਨੂੰ ਪਤਾ ਨਹੀਂ ਕਿਵੇਂ ਪਤਾ ਲੱਗਿਆ, ਤੁਹਾਨੂੰ ਜਵਾਬ ਵੀ ਨਹੀਂ ਦੇ ਸਕਦੇ। ਮੈਂ ਕਿਹਾ ਨਹੀਂ ਜਾਣਾ ਆਪਾਂ ਭੈਣ ਜੀ ਕੋਲ, ਲਾਜ਼ਮੀ ਚੱਲਿਆ ਵਾਂਗੇ, ਕੋਈ ਚੱਕਰ ਨਹੀਂ ਗਾ। ਸਵੇਰੇ ਗਿੱਪੀ ਬਾਈ ਕਹਿੰਦੇ ਆ ਵੀ ਯਾਰ ਜਵਾਕ ਉਵੇਂ ਜਾਂ ਉਵੇਂ ਹੋ ਜਾਣਗੇ ਜਾਂ ਤੁਸੀਂ ਅੱਗੇ ਕੁਛ ਸੋਚਦੇ ਆ ਕੁਛ ਇੱਦਾਂ। ਵੈਸੇ ਮੇਰੇ ਭਤੀਜੇ ਭਤੀਜੀਆਂ ਇੱਥੇ ਹੈਗੇ ਆ ਅਤੇ ਮੈਨੂੰ ਡਰ ਹੀ ਲੱਗਦਾ। ਕਾਹਤੋਂ? ਮੈਨੂੰ ਡਰ ਤਾਂ ਲੱਗਦਾ ਵੀ ਜਾਂ ਤਾਂ ਉਦੋਂ ਤੀਕਰ ਇੱਥੇ ਅਸੀਂ ਸੈਟਅਪ ਜਿਵੇਂ ਬਾਈ ਹੈਗੇ ਹੋਰ ਇੱਥੇ ਰਲ ਕੇ ਵੀ ਇੱਥੇ ਵੀ ਇੱਕ ਸਿਨੇਮਾ ਇੱਕ ਫਿਲਮਾਂ ਸ਼ੁਰੂ ਹੋ ਜਾਣ ਵੀ ਅਸੀਂ ਜੇ ਇੱਥੇ ਮੰਨ ਲਓ ਰਹਿੰਦੇ ਉੱਥੇ ਵੀ ਜਾਂਦੇ ਕੰਮ ਕਰਦੇ। ਨਹੀਂ ਤਾਂ ਤੁਹਾਨੂੰ ਉਹ ਜਿਹੜਾ ਕਹਿੰਦੇ ਵੀ ਤੁਸੀਂ 5 ਸਾਲਾਂ 'ਚ 3 ਸਾਲ ਪਤਾ ਨਹੀਂ ਕਿੰਨਾ ਪੂਰਾ ਕਰਨਾ ਹੁੰਦਾ, ਉਹ ਤਾਂ ਗੜਬੜ ਹੈ ਬਹੁਤ ਵੱਡੀ, ਬੰਦਾ ਟੁੱਟ ਜਾਂਦਾ ਉਧਰੋਂ। ਮੇਰੇ ਵਰਗਾ ਤਾਂ ਮੈਂ ਮਹੀਨੇ ਦਾ ਸੋਚ ਕੇ ਆਉਣਾ ਹੁੰਦਾ, ਮੈਂ ਤਾਂ 5-7 ਦਿਨਾਂ ਬਾਅਦ ਭੱਜ ਜਾਂਦਾ। ਕਿਉਂ? ਉੱਥੇ ਨਹੀਂ, ਉੱਥੇ ਆ ਨਾ, ਉੱਥੇ ਜੁੜੇ ਵੀ ਹੈ ਵੀ ਚੱਲੀਏ ਯਾਰ ਕੁਛ ਲਿਖਾਂਗੇ ਕੁਛ ਐਂ ਕਰਾਂਗੇ, ਠੀਕ ਆ ਇੰਨੀਆਂ ਕੁ ਛੁੱਟੀਆਂ ਮਨਾ ਲਈਆਂ ਬਹੁਤ। ਇੱਥੇ ਲਿਖਿਆ ਨਹੀਂ ਜਾਂਦਾ? ਲਿਖਿਆ ਨਹੀਂ ਜਾਂਦਾ। ਉਹ ਕਾਹਤੇ? ਉਹ ਤੁਸੀਂ ਲਿਖਣ ਥੋੜ੍ਹੀ ਆਏ ਇੱਥੇ, ਘੁੰਮਣ ਆਏ ਹੋ। ਘੁੰਮਣਾ ਤਾਂ ਮੈਨੂੰ ਘੁੰਮਣ ਘੁੰਮਣ ਨਾ, ਮੈਂ ਖਾਣ ਪੀਣ ਦਾ ਸ਼ੌਕੀਨ ਵਾਲਾ ਨਾ, ਘੁੰਮਣ ਘੁੰਮਣ ਨਾ ਉਹ ਕੁਛ ਨਹੀਂ। ਇਹ ਹੈ ਵੀ ਹੁਣ ਜਿਵੇਂ ਇਹਦੇ ਨਾਲ ਪੈਰੀ ਨਾਲ ਮੇਰਾ ਮਾਹੌਲ ਹੈ, ਦੋਸਤੀ ਹੈ ਵੀ ਯਾਰ ਇੰਨੇ ਸਾਲਾਂ ਬਾਅਦ ਚੱਲ ਮਜ਼ੇ ਕਰਾਂਗੇ, ਚੱਲ ਚੱਲੀਏ ਇੱਧਰ ਨੂੰ ਉੱਧਰ ਨੂੰ, ਸ਼ਾਮੀ ਇੱਕ ਬੀਅਰ ਲੈ ਕੇ ਬੈਠੀ। ਬੀਅਰ ਆ ਮੈਂ ਇਸ ਗੱਲ ਤੋਂ ਹੀ ਬਹੁਤ ਡਰਦਾ, ਜੇ ਕਿਤੇ 3 ਦਿਨ ਪੀ ਲਈ ਬੀਅਰ ਬੂਰ ਪੀ ਲਈ ਅਤੇ ਬਸ
ਤੀਜੇ ਦਿਨ ਨੂੰ ਸਵੇਰੇ ਉੱਠਦਾ ਡੇਢ ਘੰਟਾ ਲੰਘਦਾ ਬਸ ਹੋ ਗਿਆ ਇਹਨਾਂ ਕੰਮਾਂ ਤੇ ਅੱਛਾ ਫਿਰ ਆਪਣੇ ਆਪ ਨੂੰ ਹਾਂ ਬਸ ਆਹੀ ਕੁਛ ਹੀ ਕਰਨਾ ਆਹ ਕਰ ਲੇਗਾ ਨੈਗੇਟਿਵ ਹੋ ਜਾਂਦਾ ਬਹੁਤ ਡਰਦਾ ਮੈਂ ਇਸ ਗੱਲ ਤੋਂ ਇਹੀ ਕਾਰਨ ਰਿਹਾ ਵੀ ਮੈਂ ਕਦੇ ਮੇਰਾ ਐਂ ਤਾਂ ਹੈ ਨਹੀਂ ਨਾ ਵੀ ਰੋਜ਼ ਸ਼ਾਮ ਨੂੰ ਬੀਅਰ ਜਾਣਾ ਮੇਰਾ ਨਹੀਂ ਹੈਗਾ ਮੇਰਾ ਤਾਂ ਇਹ ਹੁੰਦਾ ਵੀ ਇਹਦੇ ਨਾਲ ਹਾਂ ਯਾਰ ਠੀਕ ਹੈ ਚਲੋ ਮਜ਼ਾ ਫਨ ਦਾ ਕੀ ਆਈਡੀਆ ਫਿਰ ਫਨ ਮਜ਼ੇ ਦਾ ਕੀ ਆਈਡੀਆ ਹੋਇਆ ਤੁਹਾਡਾ ਮਜ਼ੇ ਦਾ ਮੇਰਾ ਆਈਡੀਆ ਇਹ ਹੁੰਦਾ ਮੈਂ ਕਿਸੇ ਵਿਆਹ 'ਚ ਗਿਆ ਉੱਥੇ ਬਹੁਤ ਬਹੁਤਾਤ ਹੈ ਮੀਟ ਆ ਓ ਆ ਉੱਥੇ ਮੇਰਾ ਇੱਕੋ ਹੀ ਡਾਇਲੋਗ ਹੁੰਦਾ ਵੀਰੇ ਮੈਂ ਖਾਂਦਾ ਨਹੀਂ ਜੀ ਖਾਣਾ ਹੀ ਨਹੀਂ ਬਹੁਤ ਬੀਰਾਂ ਉਹ ਕੁਛ ਪਿਆ ਨਾ ਵੀਰੇ ਆਪਾਂ ਲਾਉਂਦੇ ਨਹੀਂ ਜੀ ਜਿੱਥੇ ਬਹੁਤ ਆ ਅੱਛਾ ਰਾਤ ਨੂੰ ਡੇਢ ਵਜੇ ਵੈਸੇ ਹੀ ਅੜ ਗਈ ਵੀ ਮਿਲਣੀ ਨਹੀਂ ਨੇੜਿਓਂ ਤੇੜਿਓਂ ਜਿਵੇਂ ਪਿੱਛੇ ਜੇ ਮੈਂ ਅਨੰਦਪੁਰ ਕੋਲ ਉੱਥੇ ਮੇਰੇ ਮਿੱਤਰ ਰਹਿੰਦੇ ਉੱਥੇ ਜਾ ਵੜਿਆ ਮੈਂ ਅਤੇ ਮੈਂ ਰਾਤ ਨੂੰ 12:30 ਵਜੇ ਮੈਂ ਕਿਹਾ ਯਾਰ ਦਹੀਂ ਭੱਲੇ ਖਵਾ ਦਿਓ ਨਾ ਕਿਤੇ ਕਹਿੰਦੇ ਬਾਈ ਇੱਥੇ ਪਿੰਡ ਆਵੇਂ ਮੈਂ ਕਿਹਾ ਵੀ ਕਹਿੰਦਾ ਉੱਥੇ ਖੜਦਾ ਉਹ ਜਾ ਵੜਦਾ 9 ਵਜੇ ਨੂੰ ਮੈਂ ਕਿਹਾ ਛੋਟਾ ਜਿਹਾ ਏਰੀਆ ਕਹਿੰਦਾ ਹਾਂ ਮੈਂ ਕਿਹਾ ਘਰ ਤਾਂ ਜਾਂਦਾ ਕਹਿੰਦਾ ਹਾਂ ਮੈਂ ਕਿਹਾ ਘਰੋਂ ਲਿਆਓ ਕਹਿੰਦਾ ਬਾਈ ਯਾਰ ਉਹ ਖਤਮ ਮੈਂ ਕਿਹਾ ਇਹ ਮੈਂ ਤੈਨੂੰ ਲਿਖ ਕੇ ਦਿੰਦਾ ਵੀ ਜੇ ਮੈਨੂੰ ਇਹ ਲੱਗਿਆ ਨਾ ਵੀ ਭੱਲੇ ਤਾਂ ਉਹਦੇ ਕੋਲ 2 ਪਏ ਹੋਣਗੇ ਬੱਚੇ 12:30 ਵਜੇ ਉਹ ਭੱਲੇ ਲਿਆ ਇਹ ਘਰੋਂ ਬੂਹਾ ਖੜਕਾ ਕੇ ਉਹਦਾ ਵਿਚਾਰੇ ਬਈਏ ਦਾ ਹਾਂ ਉਹ ਲਿਆ ਉਹਦੇ ਕੋਲ ਪਏ ਸੀ 2 ਮੈਨੂੰ ਐਂ ਜ਼ਿਆਦੇ ਸੋ ਇਹੀ ਮੇਰਾ ਫਾਨ ਹੈ ਇਹੀ ਮੇਰੀ ਮੌਜ ਆ ਮੈਂ ਗਿਆ ਉਹਨਾਂ ਦੇ ਖੇਤ 'ਚ ਵੜ ਗਿਆ ਕਈ ਚੱਕ ਲਈ ਉਹਨਾਂ ਨੂੰ ਲੱਗੇ ਵੀ ਕਿੱਥੇ ਹੁਣ ਛੋਟੇ ਹੁੰਦੇ ਤਾਂ ਹੈ ਨਹੀਂ ਮੈਂ ਚਰੀ ਆਪਾਂ ਵੱਢ ਕੇ ਲਿਆਉਂਦੇ ਰਹੇ ਪੱਠੇ ਕੁਤਰਦੇ ਰਹੇ ਹੈ ਚੀੜੇ ਤਾਂ ਹੈਗੇ ਹੀ ਆ ਮੈਨੂੰ ਮਜ਼ਾ ਆਉਂਦਾ ਹੁੰਦਾ ਵੀ ਕਈ ਲੈ ਕੇ ਲੱਗ ਗਏ ਉਹ ਲੱਗ ਗਏ ਕੈਨੇਡਾ ਫਨ ਕਿਵੇਂ ਕਰਦੇ ਹੋ ਹੁਣ ਪੈਰੀ ਭਾਜੀ ਨਾਲ ਬਸ ਇਹ ਫਨ ਹੈ ਇਦੋਂ ਵੱਡਾ ਕੋਈ ਫਨ ਨਹੀਂ ਹੈਗਾ ਵੀ ਮੈਂ ਪੈਰੀ ਨਾਲ ਫਿਰਦਾ ਬਸ ਹਾਂ ਅਸੀਂ ਦੁਕਾਨ ਤੇ ਬਹਿੰਦੇ ਸੀ ਮੇਰੀ ਦੁਕਾਨ ਤੇ ਆ ਜਾਂਦਾ ਸੀ ਸਵੇਰੇ ਇਹ ਲੱਕੀ ਪਰਸਨ ਮੰਨਦਾ ਸੀ ਇਹਨੂੰ ਮੈਂ ਅੱਛਾ ਇਹ ਮੇਰੀ ਗੱਦੀ ਤੇ ਬਹਿ ਜਾਂਦਾ ਸੀ ਇੱਕੋ ਇੱਕ ਬੰਦਾ ਗੱਦੀ ਤੇ ਬਹਿੰਦਾ ਸੀ ਗੱਲੇ 'ਚ ਪੈਸੇ ਇਹਨੇ ਕੱਟਣੇ ਅੱਛਾ ਉਹਦੇ ਗਾਹਕ ਹੀ ਗਾਹਕ ਅਸੀਂ ਦੁਪਹਿਰ ਵਾਲੀ ਰੋਟੀ ਸ਼ਾਮ ਨੂੰ 7 ਵਜੇ ਖਾਣੀ ਅੱਛਾ ਇੰਨੀ ਲੱਕੀ ਪੈਰੀ ਭਾਜੀ ਹਾਂ ਇੱਦਾਂ ਦਾ ਮਾਹੌਲ ਔਰ ਅਸੀਂ ਦੋਨੇ ਮੌਜੀ ਬਹੁਤ ਹੈ ਬਹੁਤ ਮੌਜੀ ਹਾਂ ਵੀ ਇਹ ਆ ਗਿਆ ਮੇਰੇ ਕੋਲ ਵੀ ਕਾਕਾ ਵੀ ਕਹਿੰਦੇ ਅਸੀਂ ਇਹਨੂੰ ਸਾਡਾ ਦੋਸਤ ਹੁੰਦਾ ਸੀ ਚਰਨਜੀਤ ਉਹ ਉਹਦੇ ਕੋਲ ਸਟੀਮ ਹੁੰਦੀ ਸੀ ਹਰੇ ਰੰਗ ਦੀ ਉਹ ਸਿਲੰਡਰ 'ਤੇ ਚੱਲਦੀ ਸੀ ਅਤੇ ਸਿਲੰਡਰ 2-2.5-3 ਕਿਲੋਮੀਟਰ ਇੱਕ ਸਿਲੰਡਰ ਕੱਢਦਾ ਸੀ ਸ਼ਾਮ ਨੂੰ ਉਹੀ ਇਕੱਠੇ ਹੋਏ ਮੈਂ ਆ ਗਿਆ ਕਿਵੇਂ ਕਹਿੰਦਾ ਕੱਲ੍ਹ ਨੂੰ ਐਤਵਾਰ ਹੈ ਮੈਂ ਕਿਹਾ ਯਾਰ ਮੈਂ ਕਿਹਾ ਚੱਲੀਏ ਵੀ ਲੋਕੇਸ਼ਨਾਂ ਦੇਖਣ ਚੱਲੀਏ ਫਿਲਮ ਫੁਲਮ ਕੁਛ ਨਹੀਂ ਅਸੀਂ ਲੋਕੇਸ਼ਨਾਂ ਦੇਖਣ ਜਾ ਵੜਦੇ ਸੀ ਵੀ ਕੱਲ੍ਹ ਨੂੰ ਬਣਾਉਣੀ ਤਾਂ ਹੈਗੀ ਆ ਪਤਾ ਹੋਵੇ ਵੀ ਟਿੱਬੇ ਉੱਥੇ ਹੈਗੇ ਆ ਇੱਧਰ ਸਿੱਲੀ ਸਿੱਲੀ ਹਵਾ ਵਾਲੇ ਟਿੱਬੇ ਜਿਹੜੇ ਹੰਸਰਾਜ ਤੁਰਿਆ ਫਿਰਦਾ ਸੀ ਉਹ ਸਾਨੂੰ ਨਹੀਂ ਲੱਭਦੇ ਸੀ ਅਸੀਂ ਜਾਣਾ ਮੀਂਹ ਮੂੰਹ ਵਾਲੇ ਟਾਈਮ 'ਤੇ ਜਾਣਾ ਉਦੋਂ ਨੂੰ ਬੂਈ ਉੱਗੀ ਹੁੰਦੀ ਅਸੀਂ ਕਹਿੰਦੇ ਸੀ ਉਹ ਕਿੱਥੇ ਆਈ ਆ ਫਿਰ ਮੈਂ ਅਮਰਦੀਪ ਬਾਈ ਨੂੰ ਫੋਨ ਕਰਨਾ ਬਾਈ ਉਹ ਟਿੱਬੇ ਕਿੱਥੇ ਸੀ ਉਹ ਕਹਿੰਦੇ ਯਾਰ ਬਹੁਤ ਦੂਰ ਸੀ ਅਸੀਂ ਸ਼ਾਮ ਨੂੰ ਨਿਕਲ ਗਏ ਉਹ ਕਹਿੰਦਾ ਸਿਲੰਡਰ 1 ਹੀ ਹੈ ਮੈਂ ਕਿਹਾ ਵੀ 1 ਮੈਂ ਘਰੋਂ ਚੱਕ ਲੈਂਦਾ 2 ਹੋ ਗਏ 1 ਅਸੀਂ ਰਾਹ 'ਚੋਂ ਮੁੱਲ ਲਿਆ ਨਿਕਲ ਗਏ ਅਸੀਂ ਰਾਤ ਨੂੰ ਹਾਂ ਜਾਵੜੇ 3-3:30 ਵਜੇ ਟਿੱਬਿਆਂ 'ਤੇ ਪਹੁੰਚ ਗਏ ਹੁਣ ਉੱਥੇ ਦੇਖਦਾ ਕੁਛ ਨਹੀਂ ਗੱਡੀ ਦੀਆਂ ਲਾਈਟਾਂ ਐਂ ਨੂੰ ਕਰਕੇ ਲਾ ਐਂ ਘਰ ਦੂਰੋਂ ਤੁਹਾਨੂੰ ਲਾ ਬੈਠੇ ਰਹੇ ਉੱਥੇ ਚਲੋ ਜੀ ਬੀਅਰ ਬੂਰ ਉਦੋਂ ਉੱਥੇ ਗਰਮੀ ਸੀਗੀ ਜਦੋਂ ਹੀ ਰਾਜਸਥਾਨ ਵੜੇ ਅਸੀਂ ਉਹ 30 ਰੁਪਈਆਂ ਦੀ ਬੀਅਰ ਸੀ ਸਸਤੀ ਸੀ ਉੱਥੇ ਹਨੂੰਮਾਨਗੜ੍ਹ ਤੋਂ ਹੀ ਲੈ ਲਈਆਂ ਸੀ ਅਸੀਂ ਅਤੇ ਉੱਥੇ ਬਸ ਦੇਖ ਕੇ ਅਸੀਂ ਮੁੜਿਆ ਫਿਰ ਅਸੀਂ ਫਿਰਦੇ ਹਾਂ ਇਹਨੇ ਆਉਣਾ ਕਿਤੇ ਗਿਆ ਹੋਇਆ ਇਹਨੇ ਕਹਿੰਦਾ ਓਏ ਹਾਂ ਉੱਧਰ ਨਾ ਨਹਿਰਾਂ 'ਤੇ ਕੋਠੀ ਆ ਬਹੁਤ ਪੁਰਾਣੀ ਹੈ ਹਾਂ ਚਲ ਚੱਲੀਏ ਜਾਵੜੇ ਅੱਛਾ ਉਹ ਜਿਹੜੀਆਂ ਨਹਿਰੀ ਕੋਠੀਆਂ ਨਾ ਸਾਨੂੰ ਐਂ ਵੀ ਮਜ਼ਾ ਆਉਂਦਾ ਸੀ ਵੀ ਉਹ ਇੰਨੀਆਂ ਚੌੜੀਆਂ ਕੰਧਾਂ ਕਿਉਂ ਆ ਅੱਛਾ ਉੱਥੇ ਜਿਹੜਾ ਬੇਲਦਾਰ ਹੁੰਦੇ ਸੀ ਉਹਨਾਂ ਨੂੰ ਪੁੱਛਣ ਲੱਗ ਜਾਣਾ ਵੀ ਇਹ ਯਾਰ ਐਂ ਕਾਹਤੋਂ ਉਹਨੇ ਫਿਰ ਸਾਨੂੰ ਮੈਨੂੰ ਇੱਕ ਵਾਰੀ ਦੱਸਿਆ ਟੈਪੀ ਵਾਲੀਆਂ ਨਹਿਰਾਂ 'ਤੇ ਸਾਡੇ ਉੱਤੇ ਸੀ ਉਹਨੇ ਦੱਸਿਆ ਮੈਨੂੰ ਉਹ ਕਹਿੰਦਾ ਵੀ ਇਹਦੇ ਵਿਚਾਲੇ ਨਾ ਮਿੱਟੀ ਪਾਈ ਹੋਈ ਹੈ ਕੰਧਾਂ ਦੇ ਵਿਚਾਲੇ ਕੱਚੀ ਕੰਧ ਹੈ ਵਿਚਾਲੇ ਅੱਛਾ ਵੀ ਇਹ ਗਰਮੀਆਂ 'ਚ ਠੰਡੀ ਰਹਿੰਦੀ ਹੈ ਅਤੇ ਸਰਦੀਆਂ 'ਚ ਗਰਮ ਕਾਢ ਕੱਢ ਕੇ ਲਿਆਏ ਤੁਸੀਂ ਵੈਸੇ
ਇੱਕ ਸਾਨੂੰ ਚੰਗਾ ਲੱਗਦਾ ਸੀਗਾ ਵੀ ਨਹਿਰੀ ਨਹਿਰਾਂ ਨੂਹਰਾਂ 'ਤੇ ਫਿਰਨਾ ਕਰਨਾ, ਘਰਾਟਾਂ 'ਤੇ ਜਾ ਵੜੇ, ਵੀ ਬਾਬੂ ਰਜਬ ਅਲੀ ਨਾ ਨਹਿਰੀ ਬਾਬੂ ਸੀਗਾ, ਵੀ ਉਹ ਬੰਦਾ ਕਿੱਡਾ ਘੈਂਟ ਲਿਖਦਾ ਕਰਦਾ ਸੀ। ਕੋਈ ਗੱਲ ਤਾਂ ਹੈਗੀ ਹੈ। ਫਿਰ ਨਾਲ ਇਹ ਵੀ ਗੱਲ ਆਉਂਦੀ ਹੁੰਦੀ ਵੀ ਪਾਣੀ ਹੈ ਜਿਹੜਾ ਉਹ ਬਹੁਤ ਹੋਆ, ਵੀ ਪਾਣੀ ਕੋਲ ਤੁਸੀਂ ਬੈਠੋ ਐਨਰਜੀ ਆਉਂਦੀ, ਬਹੁਤ ਐਨਰਜੀ ਆਉਂਦੀ, ਵੀ ਯਾਰ ਉਹ ਤਾਂ ਨਹੀਂ ਹੈਗਾ ਕਿ ਆਪਦੇ ਹੀ ਕੱਢੀ ਜਾਣੇ, ਕਿਸੇ ਆਪਦੇ ਹੀ ਬਣਾਈ ਜਾਣੇ, ਵੀ ਆਪਦੀ ਇਹ ਅਸਲ 'ਚ ਕੀ ਹੈ ਵੀ ਆਪਦੀ ਦੁਨੀਆ ਹੀ ਹੈ ਸਾਡੀ ਹਜੇ ਵੀ। ਹਾਂ ਹੁਣ ਵੀ ਮੇਰੇ ਬੇਲੀ ਆਉਂਦੇ ਮੇਰੇ ਕੋਲ, ਹੁਣ ਮੇਰੇ ਕੋਲ ਭੂਰਾ ਆਇਆ ਵਾ ਸੀ, ਚੀਮਾ ਆਇਆ ਵਾ ਸੀਗਾ, ਚੀਮਾ ਹੁਣ ਮੈਨੇਜਮੈਂਟ ਦਾ ਵੀ ਚਲੋ ਨਾਲ ਸਾਰਾ ਦੇਖਦਾ ਕਰਦਾ, ਉਹ ਸਾਰੇ ਉਹ ਸੀਗੇ। ਮੇਰੀ ਭੂਆ ਦਾ ਮੁੰਡਾ ਸਾਡੇ ਕੋਲ ਉੱਥੇ ਆਇਆ, ਉਹ ਮੌਜ 'ਚ ਹੈ ਪੂਰਾ, ਭੂਆ ਅਰਗੇ ਪ੍ਰਿੰਸੀਪਲ ਰਿਟਾਇਰ ਹੋਏ, ਵਾਈਫ ਉਹਦੀ ਜੋਬ 'ਤੇ ਲੱਗੀ ਵੀ, ਕੋਈ ਬੋਝ ਨਹੀਂ, ਉਹਨੇ ਕੋਈ ਕੰਮ ਨਹੀਂ ਕੀਤਾ। ਉਹ ਹੁਣ ਆ ਗਿਆ ਮੇਰੇ ਨਾਲ ਹੁੰਦਾ, ਮੈਂ ਕਹਿ ਯਾਰ ਮੈਨੂੰ ਐਂ ਲੱਗਦਾ ਵੀ ਰੱਬ ਨੇ ਮੈਨੂੰ ਨਾ ਲੀਡ 'ਤੇ ਫਿਲਮਾਂ ਕਰਨ ਵਾਲਾ ਐਕਟਰ ਹੀ ਤਾਂ ਬਣਾਇਆ ਵੀ ਇਹਨੇ ਫਿਰ ਆਉਣਾ ਮੇਰੇ ਕੋਲ, ਵੀ ਇਹਨੂੰ ਕੰਮ ਇੱਥੇ ਲਾਉਣਾ। ਵੀ ਉਹ ਸਾਰੇ ਜਾਣੇ ਉਵੇਂ ਅਸੀਂ ਇਕੱਠੇ ਹੋ ਜਾਂਦੇ, ਉਹੀ ਗੱਲਾਂ ਚੱਲਦੀਆਂ। ਨੌਕਰੀ ਦਿੱਤੀ ਕਿਸੇ ਪਰਿਵਾਰ 'ਚ ਕਿਸੇ ਨੂੰ, ਯਾਰਾਂ ਦੋਸਤਾਂ ਨੂੰ ਨਾਲ? ਨੌਕਰੀ ਮਤਲਬ ਮੈਂ ਕਹਿ ਸਕਦੀ ਹਾਂ ਵੀ ਨਹੀਂ ਨਹੀਂ ਉਹ ਨੌਕਰੀ ਨੌਕਰੀ ਨਹੀਂ, ਉਹ ਨਾਲ ਹੀ ਹੁੰਦੇ ਆ, ਇਹਨਾਂ ਨੇ ਆਪਦਾ 6 ਜਣਿਆਂ ਦਾ ਸਟਾਫ ਬਣਾ ਲਿਆ। ਮੈਨੂੰ ਸੰਗ ਆਉਂਦੀ ਹੁੰਦੀ ਹੈ, ਇਹ ਮੈਨੂੰ ਨਾ ਬਹੁਤ ਸੰਗ ਆਉਂਦੀ ਹੈ ਇਸ ਗੱਲ ਤੋਂ। ਕਿਉਂ ਨਹੀਂ ਪਤਾ ਨੀ ਕਿਉਂ ਮੈਨੂੰ ਐਂ ਜੇ ਲੱਗਦਾ ਹੁੰਦਾ ਵੀ ਯਾਰ ਐਡਾ ਤਾਂ ਨੀ ਹਿਸਾਬ ਕਿਤਾਬ ਹੈ। ਪਹਿਲਾਂ ਤਾਂ ਛੋਟੇ ਛੋਟੇ ਰੋਲ ਤੇ ਉਦੋਂ ਮੈਂ ਉਹਦੇ ਚ ਕੀ ਹੁੰਦਾ ਸੀ, ਮੈਂ ਮੂੰਹ ਢੱਕ ਲਿਆ, ਸਿਰ ਤੇ ਪਰਨਾ ਬੰਨ ਲਿਆ, ਉਦੋਂ ਜਦੋਂ ਬੋਲਦਾ ਸੀ ਤਾਂ ਪਛਾਣ ਲੈਂਦੇ ਸੀ ਮੈਨੂੰ ਬੋਲੀ ਤੋਂ, ਆਵਾਜ਼ ਤੋਂ। ਹੁਣ ਇਹ ਹੋ ਗਿਆ ਵੀ ਮੈਂ ਕਿੰਨਾ ਹੀ ਢਕੀ ਜਾਵਾਂ, ਇੱਕ ਤਾਂ ਚਾਲ ਫੜ ਲੈਂਦੇ ਮੇਰੀ ਅਤੇ ਅੱਖਾਂ ਤੋਂ ਤਾਂ ਬਹੁਤ ਛੇਤੀ ਫੜ। ਫਿਰ ਕਿਹਨਾਂ ਨੂੰ ਜਾ ਕੇ ਤੁਸੀਂ ਹਜੇ ਵੀ ਮਿਲਣਾ ਚਾਹੋਗੇ, ਫੋਟੋ ਤੁਸੀਂ ਵੀ ਕਰਾਉਣਾ ਚਾਹੋਗੇ? ਪੰਕਜ ਕਪੂਰ ਉਹ ਉਹਨਾਂ ਨੂੰ ਤਾਂ ਪੁਰੀ ਸਾਹਿਬ ਅਤੇ ਨਸੀਰ ਸਾਹਿਬ ਵੀ ਕਹਿੰਦੇ ਵੀ ਇਦੋਂ ਵੱਡਾ ਐਕਟਰ ਨਹੀਂ ਹੈ। ਬਹੁਤ ਕਮਾਲ ਤੇ। ਕੀ ਖਾਸ ਲੱਗਦਾ ਤੁਹਾਨੂੰ, ਕੀ ਖਾਸ ਲੱਗਦਾ? ਮੈਨੂੰ ਖਾਸ ਲੱਗਦਾ, ਮੈਂ ਪਹਿਲੀ ਵਾਰੀ ਪੰਕਜ ਜੀ ਨੂੰ ਜਦੋਂ ਦੇਖਿਆ ਤਾਂ ਫਟੀਚਰ ਆਉਂਦਾ ਹੁੰਦਾ ਸੀ ਦੂਰ, ਔਰ ਉਹ ਕਹਿੰਦਾ ਹੁੰਦਾ ਸੀ ਯਾਰ ਫਟੀਚਰ ਤੂੰ ਇਤਨੀ ਇਮੋਸ਼ਨਲ ਕਿਉਂ ਹੋ, ਆਹ ਡਾਇਲੋਗ ਹੁੰਦਾ ਸੀ, ਔਰ ਉਹਨਾਂ ਇੱਕ ਮਾਹੌਲ ਜਿਹਾ ਬਣਾ ਕੇ ਬੋਲਦਾ ਸੀ, ਉਹਦੀ ਮੈਂ ਰੈਸਲ ਕਰਦਾ ਰਹਿੰਦਾ ਸੀ। ਅੱਛਾ। ਹਾਂ ਅਤੇ ਉਹ ਜਾਂ ਤਾਂ ਉਦੋਂ ਛੋਟੇ ਸੀ, ਇੱਧਰ ਆਉਣਾ ਸੀਗਾ, ਇਹ ਗੱਲ ਪਤਾ ਸੀਗੀ ਵੀ ਇਹ ਬੰਦਾ ਕਹਿਣ। ਇੱਕ ਹੋਰ ਫਿਲਮ ਸੀ ਉਹਦੇ 'ਚ ਇਰਫਾਨ ਖਾਨ ਸਾਹਿਬ ਨਾ, ਨਹੀਂ 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 ਇਰਫਾਨ ਖਾਨ ਸਾਹਿਬ ਉਹਦੇ 'ਚ ਇੱਕ ਬਸ ਚਿੱਠੀ ਲਿਖਦੇ ਹੁੰਦੇ, ਇੱਕ ਹੀ ਸੀਨ ਸੀ ਉਹਨਾਂ ਦਾ, ਔਰ ਉਦੋਂ ਇਹ ਆਏ ਚੰਦਰਕਾਂਤਾ ਜਾਂ ਹੋਰ ਨਹੀਂ ਆਏ ਸੀ, ਅਤੇ ਜਦੋਂ ਅਸੀਂ ਮੈਨੂੰ ਉਹ ਯਾਦ ਆ ਗਿਆ ਵੀ ਐਨਕ ਅਤੇ ਉਹ ਬੰਦਾ ਪਤਲਾ ਜਿਹਾ ਹੈ ਨਾ, ਅਤੇ ਜਦੋਂ ਹੀ ਚੰਦਰਕਾਂਤਾ ਆਈ ਅਤੇ ਸਾਨੂੰ ਅਸੀਂ ਉਦਾਹਰਨ ਦਿੰਦੇ ਹੁੰਦੇ ਸੀ ਜਿਹਦੇ ਇੱਥੋਂ ਅੱਖਾਂ ਜਿਹੀਆਂ ਸੁੱਜੀਆਂ ਯਾਰ ਬਹੁਤ ਘੈਂਟ ਬੰਦਾ ਐਕਟਰ ਆ, ਨਾਂ ਨਹੀਂ ਪਤਾ ਸੀ ਵੀ ਇਰਫਾਨ ਖਾਨ, ਸ਼ਾਇਦ ਬਦਰੀਨਾਥ ਕਹਿੰਦੇ ਹੁੰਦੇ ਸੀ ਉਹਦੇ 'ਚ ਇਹਨੂੰ, ਹਾਂ ਬਦਰੀਨਾਥ ਕਹਿੰਦੇ। ਮੈਂ ਫਿਲਮਾਂ ਵਾਲੀਆਂ ਗੱਲਾਂ ਨਹੀਂ ਭੁੱਲਦਾ, ਜੋ ਪੁਰਾਣੀ ਤੋਂ ਪੁਰਾਣੀ ਕੁਛ ਪੁੱਛ ਲਓ ਵੀ ਉਤਪਲ ਦੱਤ, ਮਦਨਪੁਰੀ, ਉਹ ਜਿੰਨੇ ਪੁਰਾਣੇ ਜਿਹੜੇ ਉਦੋਂ ਕੂਲ ਫਿਲਮਾਂ ਵਾਲੇ ਹੁੰਦੇ, ਮੋਲ ਪਾਲੇਕਰ, ਇਹ ਸਾਰੇ ਜਣੇ ਇਹ ਸਾਨੂੰ ਸ਼ੁਰੂ ਤੋਂ ਬੜੇ ਪਸੰਦ। ਡਾਕਟਰ ਸ਼੍ਰੀ ਰਾਮ ਲਾਗੂ ਮੈਨੂੰ ਬਹੁਤ ਕਮਾਲ ਲੱਗਦਾ ਹੁੰਦਾ ਸੀ, ਵੀ ਇੱਦੂ ਵੱਡਾ ਐਕਟਰ ਹੀ ਹੈ। ਹਾਂ ਪਰ ਲੋਕਾਂ ਨੇ ਉਹਨਾਂ ਨੇ ਇੱਕ ਟਾਈਪ ਦੇ ਰੋਲ 'ਚ ਹੀ ਦੇਖਿਆ, ਉਹੀ ਫਾਦਰ ਸਹੀ, ਉਹ ਨਹੀਂ ਤੁਸੀਂ ਪੁਰਾਣੀਆਂ ਕਈਆਂ 'ਚ ਜਾਓ, ਇੱਕ ਦੋਵਾਂ 'ਚ ਵਿਲਨ ਦਾ ਕਰੈਕਟਰ ਵੀ ਕੀਤਾ ਹੋਇਆ। ਅੱਛਾ। ਹਾਂ ਹਾਂ ਜੇ ਅਸੀਂ ਪਿੱਛੇ ਜਾਂਦੇ ਨਾ ਹੋਰ, ਉਹਨਾਂ ਨੇ ਚੰਗੇ ਹੋਏ ਹਿਸਾਬ ਕਿਤਾਬ ਕੀਤੇ ਹੋਏ। ਤੇ ਪੰਕਜ ਕਪੂਰ ਨਾਲ ਤੇ ਹੁਣ ਤੁਸੀਂ ਹੁਣ ਕੰਮ ਕਰ ਸਕਦੇ ਹੋ, ਇੱਥੇ ਤਾਂ ਹੁਣ ਤੁਹਾਡਾ ਨਹੀਂ, ਸੋਚਦੇ ਆ ਵੀ ਵਾਹਿਗੁਰੂ ਮੇਹਰ ਰੱਖੇ, ਮੈਂ ਪਿੱਛੇ ਜੇ ਦੇਖੀ ਆ। ਅਪਰੋਚ ਕਰਦੇ ਹੁੰਦੇ ਹੋ ਕਿਸੇ ਦੇ ਰਾਹੀਂ? ਨਹੀਂ ਯਾਰ ਨਹੀਂ, ਕਿਉਂਕਿ ਮੈਂ ਪੂਰੀ ਸਾਹਿਬ ਨਾਲ ਸੀਗਾ ਮੇਰਾ, ਉਦੋਂ ਸੀ ਵੀ ਕਿਤੇ ਨਾ ਕਿਤੇ ਉਹ ਕਰੂੰਗਾ, ਪੂਰੀ ਸਾਹਿਬ ਪੂਰੇ ਹੋ ਗਏ, ਫਿਰ ਉਹ ਮੈਂ ਉਹਨਾਂ ਦੇ ਸੰਸਕਾਰ ਵੇਲੇ ਹੀ ਬਸ ਉਹ ਦੂਰੋਂ ਹੀ ਦੇਖਿਆ ਨਾ, ਕਿਉਂਕਿ ਮੈਂ 2 ਦਿਨ ਰਿਹਾ ਬੰਬੇ ਉੱਥੇ,
ਤੇ ਉਹਨਾਂ ਦੀ ਵਾਈਫ ਮੈਡਮ ਸੀਮਾ ਕਪੂਰ ਜਿਹੜੇ ਪਹਿਲਾਂ ਵਾਲੇ ਸੀ ਉਹਨਾਂ ਦੇ ਲਈ ਮੈਂ ਕੁਛ ਕਹਾਣੀਆਂ ਸੀਗੀਆਂ ਉਹਨਾਂ ਨੇ ਦਿੱਤੀਆਂ ਸੀ ਉਹਦੇ ਸਕਰੀਨ ਪਲੇ ਡਾਇਲੋਗ ਲਿਖੇ ਸੀ ਮੈਂ ਕਿਸੇ ਸੀਰੀਅਲ ਲਈ ਮੇਰਾ ਆਉਣ ਜਾਣ ਕਾਫੀ ਉੱਥੇ ਬਣਿਆ ਹੋਇਆ ਸੀ ਅਤੇ ਉਦੋਂ ਮੈਂ ਉੱਥੇ ਦੂਰੋਂ ਹੀ ਦੇਖੇ ਉਸ ਸੰਸਕਾਰ ਵੇਲੇ ਉਹਨਾਂ ਦੇ ਪੂਰੀ ਸਾਹਿਬ ਦੇ ਤੇ ਮੈਂ ਮਨ 'ਚ ਹੈਗਾ ਹੁਣ ਪਿੱਛੇ ਜਿਵੇਂ ਮੜੀ ਦਾ ਦੀਵਾ ਦੇਖੀ ਦੁਬਾਰਾ ਕਿਆ ਪੰਜਾਬੀ ਬੋਲੀ ਹੈ ਉਹਨਾਂ ਦੇ ਇੱਕ ਫਿਲਮ ਆਈ ਸੀ ਦਾਸ ਉਹਦੇ ਵਿੱਚ ਵਿਲਨ ਦਾ ਕਰੈਕਟਰ ਸੀਗਾ ਬਿਲਕੁਲ ਕਮਾਲ ਦਾ ਸੀ ਫਿਲਮ ਨਹੀਂ ਜ਼ਿਆਦਾ ਚੱਲੀ ਸੀ ਹਾਂ ਪਰ ਕਰੈਕਟਰ ਕਪੂਰ ਸਾਹਿਬ ਨੇ ਬਹੁਤ ਸਿਰਾ ਕੀਤਾ ਸੀ ਬਣ ਜਾਣਾ ਆਪੇ ਭਾਨਕੜ ਹੋ ਜਾਣੀ ਮਾਨਸਿਕ ਖਤਮ ਨਹੀਂ ਹੋ ਗਿਆ ਵੀ ਇੱਥੇ ਦਾ ਤਾਂ ਪ੍ਰਿੰਸ ਕਵਲਜੀਤ ਨੇ ਜੋ ਦਿਖਾਉਣਾ ਸੀ ਪੰਜਾਬੀ ਸਿਨੇਮਾ ਚ ਉਹ ਮੈਨੂੰ ਹੁਣ ਲੱਗਦਾ ਲੱਗਦਾ ਹਾਂ ਵੀ ਉਹ ਹੁਣ ਜਿੰਨੇ ਸੇਮ ਉਵੇਂ ਜੇ ਆ ਹੁਣ ਇਦੋਂ ਬਾਅਦ ਮੈਂ ਜੇ ਉਹੋ ਜਿਹਾ ਹੀ ਕੁਛ ਕਰੂੰਗਾ ਫਿਰ ਉਹ ਦੋ ਆਈਡੀਏ ਹੈਗੇ ਆ ਮੇਰੇ ਇੱਕ ਤਾਂ ਪੰਜਾਬੀ 'ਚ ਹੀ ਕਰੂੰਗਾ ਉਹ ਮੈਂ ਅੱਛਾ ਇੱਕ ਆਈਡੀਆ ਹੈ ਵੀ ਉਹ ਜਾਂ ਤਾਂ ਇੰਗਲਿਸ਼ 'ਚ ਹੋ ਸਕਦਾ ਜਾਂ ਹਿੰਦੀ 'ਚ ਹੋ ਇੰਗਲਿਸ਼ 'ਚ ਜਾਂ ਹਿੰਦੀ 'ਚ ਹਾਂ ਮੈਂ ਇੰਗਲਿਸ਼ 'ਚ ਕਰਨ ਨੂੰ ਫਿਰਦਾ ਇੰਗਲਿਸ਼ 'ਚ ਕਰਾਂ ਹਾਂ ਵੀ ਨਹੀਂ ਹਾਲੀਵੁੱਡ ਫਿਲਮ ਕੀ ਆ ਰੋ ਕੈਰੈਕਟਰ ਹੀ ਇੰਗਲਿਸ਼ 'ਚ ਸਾਰਾ ਨਹੀਂ ਫਿਲਮ ਹੀ ਇੰਗਲਿਸ਼ ਹੋ ਗਿਆ ਅੱਛਾ ਕਿਉਂਕਿ ਮੇਰੀ ਇੰਗਲਿਸ਼ ਤਾਂ ਪੰਜਾਬੀ ਵਰਗੀ ਹੋਣੀ ਆ ਸਭ ਨੂੰ ਸਮਝ ਵੀ ਆ ਜਾਣੀ ਆ ਨਾਲੇ ਸਾਰੀ ਉਮਰ ਇਹ ਰਹੂਗਾ ਵੀ ਇੱਕ ਇੰਗਲਿਸ਼ ਤਾਂ ਕੀਤੀ ਆ ਨਹੀਂ ਇਮੀਗ੍ਰੇਸ਼ਨ ਵਾਲੀ ਬੋਲੀ ਇੰਗਲਿਸ਼ ਬੋਲੀ ਮੈਨੂੰ ਇੱਕਦਮ ਯਾਦ ਆਇਆ ਜਦੋਂ ਇਮੀਗ੍ਰੇਸ਼ਨ ਹੁੰਦੀ ਆ ਜਾਂ ਜਦੋਂ ਆਉਂਦੇ ਹੋ ਤੁਸੀਂ ਅੰਗਰੇਜ਼ੀ 'ਚ ਹੀ ਬੋਲਦੇ ਹੋ ਉੱਥੇ ਉੱਥੇ ਕਰਦੇ ਮੈਂ ਬਾਹਲੀ ਗੱਲ ਹੀ ਨਹੀਂ ਕਰਦਾ ਯੈਸ ਨੋ ਯਾ ਨਾ ਹਾਂ ਓ ਗੁੱਡ ਯਾ ਯੈਸ ਸਮਝ ਲੈਂਦਾ ਹੁੰਦਾ ਅੱਛਾ ਇਹ ਕਈ ਵਾਰੀ ਪੈਰੀ ਗੱਲ ਕਰਦਾ ਹੁੰਦਾ ਹੁਣ ਕੱਲ੍ਹ ਪਰਸੋਂ ਅਸੀਂ ਘਰ ਬੈਠੇ ਅਤੇ ਇਹਨੇ ਕਹਿਣਾ ਸੀਗਾ ਅਤੇ ਇਹ ਥੋੜ੍ਹੀ ਚਲਾਕੀ ਵਰਤਦਾ ਹੁੰਦਾ ਆਪਦੀ ਵਾਈਫ ਨੂੰ ਨਾ ਇੰਗਲਿਸ਼ 'ਚ ਕੋਈ ਗੱਲ ਕਹਿ ਦਿੰਦਾ ਮੈਨੂੰ ਕਹਿੰਦਾ ਤੈਨੂੰ ਭੈਣ ਪਤਾ ਲੱਗ ਗਿਆ ਓਏ ਮੈਂ ਕਿਹਾ ਅੱਛਾ ਤੈਨੂੰ ਐਂ ਲੱਗਦਾ ਵੀ ਮੈਂ ਇਹਦੇ ਮੂਹਰੇ ਇੰਗਲਿਸ਼ 'ਚ ਕੋਈ ਗੱਲ ਕਰੀ ਜਾਵਾਂ ਵੀ ਇਹਨੂੰ ਸਮਝ ਨਹੀਂ ਆਉਣੀ ਅੰਗਰੇਜ਼ੀ ਸਮਝ ਨਹੀਂ ਆਉਣੀ ਹਾਂ ਇਹਨੂੰ ਲੱਗਦਾ ਨਾ ਪੁਰਾਣਾ ਜਾਣਦਾ ਮੈਨੂੰ ਮੈਂ ਗੱਡੀ ਲੇਟ ਬਹੁਤ ਸਿੱਖੀ ਹੈ ਕਦੋਂ ਸਿੱਖੀ ਮੈਨੂੰ ਲੱਗਦਾ ਮੈਂ 2016 ਸਾਲਾਂ 'ਚ ਪਿੱਛੇ ਜਿਹੀ ਸਿੱਖੀ ਆ ਪਿੱਛੇ ਜਿਹੀ ਹਾਂ ਮੈਨੂੰ ਨਹੀਂ ਗੱਡੀ ਆਉਂਦੀ ਸੀ ਉਹ ਤੋਂ ਪਹਿਲਾਂ ਕੀ ਚਲਾਉਂਦੇ ਸੀ ਉਹ ਤੋਂ ਪਹਿਲਾਂ ਨਾਲ ਦੇ ਹੁਣ ਯਾਰ ਬੇਲੀ ਬਹੁਤ ਗਰੁੱਪ ਹੈ ਪੂਰਾ ਲੋੜ ਹੀ ਨਹੀਂ ਪੈਂਦੀ ਸੀ ਹੁਣ ਵੀ ਮੈਂ ਧੱਕੇ ਨਾਲ ਹੀ ਚਲਾਉਣਾ ਅਤੇ ਲੋੜ ਹੀ ਨਹੀਂ ਪੈਂਦੀ ਸੀ ਮੇਰੇ ਪਹਿਲਾਂ ਮੇਰੇ ਮਨ 'ਚ ਹੁੰਦਾ ਸੀਗਾ ਵੀ ਮੈਂ ਕਿਸੇ ਦੀ ਚੀਜ਼ ਨਹੀਂ ਚਲਾਈ ਕਦੇ ਨਹੀਂ ਚਲਾਉਂਦਾ ਹਾਂ ਮੰਗਦਾ ਨਹੀਂ ਸੀ ਮੈਂ ਜਦੋਂ ਆਪਦੀ ਹੋਊਗੀ ਨਾ ਫਿਰ ਹੀ ਉਹ ਕਰਨੀ ਹੈ ਅਤੇ ਦਿੰਦਾ ਵੀ ਨਹੀਂ ਕਿਸੇ ਨੂੰ ਮੈਂ ਚੀਜ਼ ਆਪਣੀ ਚੀਜ਼ ਨਹੀਂ ਦਿੰਦਾ ਗੱਡੀ ਦੀ ਚਾਬੀ ਨਹੀਂ ਦੇਣੀ ਮੇਰੇ ਤੋਂ ਮੰਗ ਕੇ ਨਾ ਨਾ ਮੇਰੇ ਯਾਰ ਆ ਮੈਨੂੰ ਪ੍ਰੋਬਲਮ ਨਹੀਂ ਜੇ ਕੋਈ ਉਹ ਜਾਂ ਆਏ ਅਸੀਂ ਜਾਣਾ ਕਿਸੇ 'ਚ ਹਿੰਮਤ ਹੀ ਨਹੀਂ ਮੇਰੇ ਤੋਂ ਨਹੀਂ ਮੰਗ ਸਕਦਾ ਕੋਈ ਚੀਜ਼ ਵੀ ਉਹਨੇ ਜਵਾਬ ਦੇ ਦੇਣਾ ਯਾਰ ਕੋਰੀ ਨਾ ਕਿਉਂਕਿ ਮੈਂ ਕੋਰੀ ਨਾ ਕਰ ਦਿੰਦੇ ਹੋ ਕੋਰੀ ਨਾ ਮੈਂ ਬਹੁਤ ਕੋਰ ਹਾਂ ਪੈਸਿਆਂ ਦੇ ਮਾਮਲੇ 'ਚ ਬਹੁਤ ਕੋਰ ਹਾਂ ਜੇ ਕੋਈ ਮੰਗੇ ਨਹੀਂ ਲੈਣੇ ਇਹ ਧਾਰੀ ਵੀ ਆ ਨਹੀਂ ਲੈਣੇ ਤਾਂ ਨਹੀਂ ਨਾ ਮੈਂ ਅੱਜ ਤਿੱਕਰ ਧਾਰ ਕਿਸੇ ਨੂੰ ਦਿੰਦਾ ਨਾ ਹੀ ਧਾਰ ਲੈਂਦਾ ਤੇ ਜਿਹੜੀ ਪੇਮੈਂਟ ਹੁੰਦੀ ਹੈ ਕਿਹੜੀ ਫਿਲਮ ਵਾਲੀ ਉਹ ਜਦੋਂ ਥੋੜ੍ਹੀ ਹੁੰਦੀ ਹੈ ਨਹੀਂ ਨਹੀਂ ਉਹ ਜਦੋਂ ਹੀ ਲੈ ਲੈਂਦੇ ਹੋ ਉਹ ਤਾਂ ਮੈਂ ਜੇ ਮੇਰੀ ਗੱਲ ਹੋ ਗਈ ਫਿਰ ਤਾਂ ਮੈਂ ਲਓ ਵੀ ਜਾਂਦਾ ਲੈਦਾ ਜਾਂ ਮੈਂ ਧਾਰਿਆ ਵਾ ਹੁੰਦਾ ਨਹੀਂ ਮੰਗਣੀ ਨਹੀਂ ਮੰਗਣੀ ਨਹੀਂ ਲੈਣੀ ਨਹੀਂ ਜਿਵੇਂ ਉਸਤਾਦ ਕੋਲੋਂ ਗਿੱਪੀ ਬਾਈ ਤੋਂ ਮੈਂ ਧਾਰੀ ਹੋਈ ਹੈ ਜ਼ਿੰਦਗੀ 'ਚ ਆਪਾਂ ਪੈਸੇ ਨਹੀਂ ਲੈਣੇ ਔਰ ਮੈਂ ਲੈਂਦਾ ਵੀ ਨਹੀਂ ਮੈਂ ਧਾਰੀ ਹੋਈ ਹੈ ਕਈ ਹੈਗੇ ਜਿਹਨਾਂ ਨੂੰ ਦੇਖ ਕੇ ਲੱਗਦਾ ਇਹਦੇ ਤੋਂ ਤਾਂ ਮੈਂ ਡਬਲ ਲਾਊਂਗਾ ਨਹੀਂ ਐਂ ਕੋਈ ਨਹੀਂ ਹੈਗਾ ਕਿਉਂਕਿ ਪੈਸੇ ਵਾਲਾ ਉਵੇਂ ਲਾਲਚ ਨਹੀਂ ਮੈਂ ਜਦੋਂ ਸ਼ੋਪ ਕੀਤੀ ਹੈ ਤਾਂ ਮੈਂ 17,000 ਨਾਲ ਕੰਮ ਚਲਾਇਆ ਸੀ 2.5 ਕਰੋੜ ਦਾ ਸ਼ੋਰੂਮ ਬਣਾ ਲਿਆ ਸਾਰਾ ਓਕੇ ਹੋ ਗਿਆ ਵੱਡਾ ਕੰਮ ਬਹੁਤ ਚੱਲਦਾ ਅਤੇ ਉੱਥੋਂ ਨਹੀਂ ਯਾਰ ਇਹ ਤਾਂ ਕੰਮ ਆਪਾਂ ਕਰਨਾ ਨਹੀਂ ਸੀ ਆਪਾਂ ਤਾਂ ਉੱਧਰ ਜਾਣਾ ਸੀ ਅੱਧੇ ਲੋਕਾਂ ਨੂੰ ਐਂ ਲੱਗਦਾ ਵੀ ਹੈ ਯਾਰ ਇਹ ਕਿਹਾ ਬੰਦਾ ਚੱਲਦਾ ਚਲਾਉਂਦਾ ਹੁਣ ਮੈਨੂੰ ਕਈ ਸਲਾਹ ਦਿੰਦੇ ਪ੍ਰਿੰਸੇ ਕੋਈ ਨਾ ਸਾਈਡ ਬਿਜ਼ਨਸ ਕਰਕੇ ਰੱਖ ਉਹ ਮੈਂ ਕਿਹਾ ਤੁਹਾਨੂੰ ਕੀ ਪਤਾ ਵੀ ਮੈਂ ਬਿਜ਼ਨਸ ਤਾਂ ਛੱਡ ਕੇ ਇੱਧਰ ਆਇਆ ਸੀ ਮੇਰਾ ਨਹੀਂ ਜੀ ਕਰਦਾ ਕੁਛ ਨਹੀਂ ਸਾਈਡ ਵੈਸੇ ਕੁਛ ਨਹੀਂ ਅੱਜ ਕੱਲ੍ਹ ਲੋਕੀ ਸਾਰੇ ਐਕਟਰ ਮੇਰਾ ਜੀ ਨਹੀਂ ਕਰਦਾ ਕੋਈ ਸਾਈਡ 'ਤੇ ਨਹੀਂ ਰੱਖਣਾ ਕਿਉਂ ਕਾਹਦੇ ਤੋਂ ਕਰਨਾ ਕੀ ਮੈਂ ਇਹਦੇ 'ਚੋਂ ਫਿਰ ਪੈਸੇ ਨਹੀਂ ਕਮਾ ਸਕਦਾ ਕੀ ਮੈਂ ਕੱਲ੍ਹ ਨੂੰ ਮੈਨੂੰ ਐਂ ਲੱਗਦਾ ਵੀ ਕੀ ਮੈਂ ਕੱਲ੍ਹ ਨੂੰ ਵੀ ਖਤਮ ਹੈ ਮੈਂ ਜਿਉਂਦਾ ਰੱਖੂੰਗਾ ਆਪਣੇ ਆਪ ਨੂੰ ਮੇਰੇ ਐਕਟਰ ਨੂੰ ਮੈਂ ਜਿਉਂਦਾ ਰੱਖੂੰਗਾ ਮੈਂ ਰਾਈਟਿੰਗ ਨੂੰ ਜਿਉਂਦਾ ਰੱਖੂੰਗਾ ਮੈਨੂੰ ਉਹਦੇ ਪੈਸੇ ਆਉਂਦੇ ਰਹਿਣਗੇ ਫਿਰ ਮੈਂ ਪਹਿਲਾਂ ਕੰਮ ਤਾਂ ਕਰੀ ਜਾਂਦਾ ਸੀ ਫਿਰ ਇੱਟ ਮੀਨ ਤਾਂ ਫਿਰ ਮੈਨੂੰ ਆਪਦੇ ਆਪ 'ਤੇ ਫੇਥ ਨਹੀਂ ਹੈਗਾ
मैं उस चीज़ नूं ही जिउंदा रखूंगा, मैं उधर जोर लाऊंगा जिहदे पिछे मैं 30 साल लाए। मैनू सारे कह दिंदे आ मैं LIC जां होर बीमे इंश्योरेंस मैं नहीं करवाउंदा। वो यार कदे बीमार हो जाता 20,000 च मिल जाता जड़े आ कंपनियां वाले दिंदे, वो पागल थोड़ी है सारे। मैं नहीं करवाउंदा भी मैडिकल वाला करा के रख लां ते खर्चा ना होगा, फिर यदा मतलब तो मैं सोच लिया भी मैं बीमार होना है और मेरे ते खर्चा होगा, ठीक है, तो मैं फिर मैं पैसे नहीं देने पैणगे। तो मैं जो सोच के ये चला भी आप बीमार ही नहीं होना। फिल्म दे सेट ते करूं रोटी लिया नहीं, 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 जो बनया अपना जो बनया हूँ थोड़ी जी फीलिंग देन लग गए सारे फिल्म वाले भाजी सबे जा सबे पसंद कर दे। हाँ ठीक है, पसंद मैं तुम दस मैं खान पीन का बहुत शौकीन नहीं है। अपन हों सवेरे जो मान लो सवेरे सवेरे मेरा एक जरूर रहा कि सवेरे सवेरे फ्रूट फ्राट खा लिए भी डायरैक्ट चाह नहीं मैं पी सकता, डायरैक्ट आप कुछ खा नहीं सकता मैं। मैंने होंगे भी ज नारियल पानी जहाँ पी लिया, जो फ्रूट खा लिया, एप्पल खा लिया, अंगूर अंगार जे खा ले, फिर अद्धे एक घंटे बाद भी फिर दलिया। अच्छा भी पोलियां पोलियां रैलियां रैलियां चीजा ही खा के उस तो बाद मैं कुछ भला पूड़ियां खवा दो, पूरियां खवा दो, भटूरे फिर चल सकता। अच्छा सवेरे सवेरे डायरेक्ट मेरे तो नहीं कुछ डायरेक्ट नहीं।